ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੇ ਸਰਕਾਰ ਵੱਲੋਂ ਕੋਈ ਤਨਖਾਹ ਜਾਂ ਕੰਮ ਬਦਲੇ ਕੋਈ ਖਰਚਾ ਨਾ ਮਿਲਣ ਦੇ ਬਾਅਦ ਅੱਜ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਕੰਮ ਬਦਲੇ ਸਰਕਾਰ ਤੋਂ ਤਨਖਾਹ ਦੀ ਮੰਗ ਕੀਤੀ ਅਤੇ SMO ਪਾਤੜਾਂ ਡਾਕਟਰ ਬਲਜੀਤ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕੰਮ ਦੇ ਬਦਲੇ ਉਹਨਾਂ ਨੂੰ ਬਣਦਾ ਮਾਣ ਪੱਤਾ ਦਿੱਤਾ ਜਾਵੇ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਉਹਨਾਂ ਕਿਹਾ ਕਿ ਜੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੇ ਅਸਤੀਫੇ ਦੇਣ ਲਈ ਮਜਬੂਰ ਹੋ ਜਾਣਗੇ। ਸਾਡਾ ਸਰ ਇਹ ਮਾਮਲਾ ਹੈ, ਸਾਡੇ ਜਿਹੜੇ ਬਣਦੇ ਇਨਸੈਂਟਿਵ ਸਾਨੂੰ ਨਹੀਂ ਦਿੱਤੇ ਜਾ ਰਹੇ, ਜਿਵੇਂ ਕਿ ਆਸ਼ਾ ਦੀ ਕੋਈ ਤਨਖਾਹ ਨਹੀਂ, ਇੱਕ ਆਸ਼ਾ ਹੀ ਵਰਕਰ ਹੈ ਜਿਹੜੀ ਕਿ ਬਿਨਾਂ ਤਨਖਾਹ ਤੋਂ ਕੰਮ ਕਰਦੀ ਹੈ, ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਟੀਕਾਕਰਨ ਵਾਸਤੇ, ਜੱਚਾ ਬੱਚਾ ਵਾਸਤੇ ਤੇ ਹਸਪਤਾਲਾਂ ਵਿੱਚ ਹਰ ਇੱਕ ਥਾਂ ਤੇ ਲੈ ਕੇ ਜਾਂਦੀ ਹੈ ਉਹਨੂੰ, ਤੇ ਇਸ ਦੀ ਤਨਖਾਹ ਕੋਈ ਨਹੀਂ ਹੈਗੀ, ਇੱਕ ਜ਼ੀਰੋ ਬੈਲੈਂਸ ਆ। ਜੋ ਇਹਨੂੰ ਇਨਸੈਂਟਿਵ ਮਿਲਦੇ ਨੇ ਉਹਦੇ ਵਿੱਚ ਵੀ ਸਾਨੂੰ ਉਹ ਇਨਸੈਂਟਿਵ ਪੂਰੇ ਨਹੀਂ ਦਿੱਤੇ ਜਾਂਦੇ। ਜਿਵੇਂ ਹੁਣ ਸਾਡੇ ਪਹਿਲਾਂ TV ਦਾ ਸਰਵੇ ਕੀਤਾ ਜੀ, ਅਸੀਂ ਘਰ ਘਰ ਜਾ ਕੇ, ਸਾਨੂੰ ਇੱਥੋਂ ਤੱਕ ਕਿਹਾ ਗਿਆ ਕਿ ਇੱਕ ਡੱਬੀਆਂ ਦੇ ਵਿੱਚ ਲੈ ਕੇ ਜਾਓ ਤੇ ਸੈਂਪਲ ਲਿਆ ਕੇ ਦਿਓ। ਆਸ਼ਾ ਆਪਣੇ ਹੱਥਾਂ ਨਾਲ ਸੈਂਪਲ ਲੈ ਕੇ ਅਗਲੇ ਦਾ ਚੁੱਕ ਕੇ ਲੈ ਕੇ ਆਉਂਦੀ ਰਹੀ ਹਸਪਤਾਲ ਦੇ ਵਿੱਚ, ਉਹਦਾ ਵੀ ਸਾਨੂੰ ਕੋਈ ਪੈਸਾ ਨਹੀਂ ਪਿਆ। ਦੂਸਰਾ, ਅਸੀਂ MR ਇੰਜੈਕਸ਼ਨ, ਜਿੱਥੋਂ ਕਿ ਸਭ ਨੇ ਇਨਕਾਰ ਕਰ ਦਿੱਤਾ ਸੀ ਕਿ ਅਸੀਂ ਇੰਜੈਕਸ਼ਨ ਨਹੀਂ ਲਵਾਉਣੇ, ਇਹ ਇੰਜੈਕਸ਼ਨ ਠੀਕ ਨਹੀਂ ਬੱਚਿਆਂ ਦੀ ਸਿਹਤ ਵਾਸਤੇ। ਅਸੀਂ ਆਸ਼ਾ ਵਰਕਰਾਂ ਭੈਣਾਂ ਨੇ ਬਹੁਤ ਵੱਡਾ ਯਤਨ ਕੀਤਾ, ਇਸ MMR ਦੇ ਵਿੱਚ MR ਇੰਜੈਕਸ਼ਨ ਮੀਜ਼ਲ ਰੁਬੈਲਾ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ, ਘਰ ਘਰ ਜਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਤੇ ਇਸ ਟੀਕਾ ਲਗਵਾਉਣ ਦੇ ਲਾਇਕ ਬਣਾਇਆ ਸਭ ਨੂੰ। ਜਾ ਕੇ ਅਸੀਂ ਟੀਕੇ ਲਗਵਾਏ ਤੇ ਉਹਨਾਂ ਦਾ ਵੀ ਸਾਨੂੰ ਇੱਕ ਪੈਸਾ ਨਹੀਂ ਪਿਆ। ਸਾਡੇ ਪਾਤੜਾਂ CHC ਪਾਤੜਾਂ ਦੀਆਂ 29 ਆਸ਼ਾ ਨੇ, ਬਾਕੀ ਹੋਰ ਪਿੰਡਾਂ ਦੀਆਂ। ਇਹੀ ਮੰਗ ਹੈ ਸਾਡੀ ਵੀ ਜਿਵੇਂ ਅਸੀਂ ਕੰਮ ਕਰਦੇ ਸਾਨੂੰ ਉਹਦੇ ਇਨਸੈਂਟਿਵ ਦਿੱਤੇ ਜਾਣ। ਇੰਨੀ ਗਰਮੀ ਦੇ ਵਿੱਚ ਅਸੀਂ ਘਰ ਘਰ ਜਾਂਦੇ ਹਾਂ, ਹੁਣ ਸਾਨੂੰ ORS ਦਾ ਇੱਕ ਘਰ ਪਤੇ 1 ਰੁਪਿਆ ਦੇ ਰਹੇ ਨੇ, ਵੀ ਅਸੀਂ ਇੰਨੀ ਗਰਮੀ ਦੇ ਵਿੱਚ ਕਿਵੇਂ ਉਹ ਕਰੀਏ। ਹਾਂਜੀ, ਪੋਲੀ ਡਰੈਸ ਵੀ ਅਸੀਂ ਦਵਾਈ ਆਪ ਲੈ ਕੇ ਜਾਂਦੇ ਹਾਂ ਸਰ, ਆਪ ਵੀ ਜਮ੍ਹਾਂ ਕਰਾ ਕੇ ਜਾਂਦੇ ਹਾਂ, ਵੀ ਸਾਨੂੰ ਉਸਦਾ ਕੁਛ ਨਹੀਂ ਮਿਲਦਾ। ਅਸੀਂ ਮਤਲਬ ਰਾਤ ਨੂੰ ਵੀ 1 ਵਜੇ ਫੋਨ ਆ ਜਾਏ ਡਿਲੀਵਰੀ ਲੈ ਕੇ ਜਾਣੀ, ਚਾਹੇ ਸਵੇਰੇ 4 ਵਜੇ ਆ ਜਾਈ, ਸਾਰਾ ਦਿਨ ਹੀ ਕਰਦੇ। ਹਾਂਜੀ, ਵੀ ਅਸੀਂ ਪੱਕੇ ਹੋਵਾਂਗੇ ਜਾਂ ਸਾਡੇ ਵੀ ਇਨਸੈਂਟਿਵ ਵੀ ਦੇਣਗੇ ਸਾਨੂੰ ਪੂਰੇ, ਸਾਡੀ ਨਾ ਤਾਂ ਅਸੀਂ ਪੱਕੀ ਹੋਏ ਨਾ ਸਾਨੂੰ ਇਨਸੈਂਟਿਵ ਵੀ ਪੂਰੇ ਨਹੀਂ ਮਿਲ ਰਹੇ। ਹਾਂਜੀ, ਅਸੀਂ ਟ੍ਰੇਨਿੰਗਾਂ ਕਰਕੇ ਆਉਂਦੇ ਹਾਂ ਸਰ, ਸਾਨੂੰ ਤਾਂ ਨਹੀਂ ਪੈਂਦਾ, ਨਾ ਮਾਤਰ ਹੀ ਹੈ ਹੁੰਦਾ ਸਾਡਾ, ਉਹ ਵੀ ਨਹੀਂ ਪੂਰਾ। ਜਿਵੇਂ ਆਯੁਸ਼ਮਾਨ ਭਾਰਤ ਦਿਵਸ ਮਨਾਇਆ ਗਿਆ, ਉਹਦਾ ਸਾਨੂੰ 5 ਰੁਪਏ ਕਾਰਡ ਦੇ ਹਿਸਾਬ ਨਾਲ ਦਿੱਤਾ ਗਿਆ, ਸਰਕਾਰ ਵੱਲੋਂ ਸਾਨੂੰ 25 ਰੁਪਏ ਕਾਰਡ ਦੇ ਹਿਸਾਬ ਨਾਲ ਦੱਸਿਆ ਗਿਆ ਸੀ। MR ਦੇ ਪੈਸੇ ਮਹੀਨੇ ਸਾਨੂੰ ਇੱਕ ਕੈਂਪ ਦੇ ਸਾਨੂੰ 500 ਰੁਪਇਆ ਕਿਹਾ ਗਿਆ ਸੀ, ਉਹਦਾ ਇੱਕ ਕੈਂਪ ਦਾ ਨਹੀਂ, ਸਾਨੂੰ 11-11 12-12 ਕੁੜੀਆਂ ਨੇ ਕੈਂਪ ਲਾਏ ਨੇ, ਕੁੱਲ 128 ਰੁਪਏ ਸਾਰੇ ਕੈਂਪਾਂ ਦੇ ਮਿਲੇ। ਉਹ ਵੀ ਨਹੀਂ ਪਏ ਜੀ। ਇੱਕ ਆਇਓਡੀਨ ਨਮਕ ਟੈਸਟ ਕੀਤਾ ਸੀ, ਉਹਦਾ ਵੀ ਸਾਨੂੰ 1 ਰੁਪਇਆ ਨਹੀਂ ਪਿਆ ਜੀ। ਇੱਕ ORS ਦਾ ਅਸੀਂ ਬਾਈਕਾਟ ਕਰ ਰਹੇ, ਇਹ ਅਸੀਂ ਨਹੀਂ ਕਰ ਰਹੇ ਜੀ ਕੰਮ, ਇਹਦਾ ਸਾਨੂੰ ਕੁਛ ਨਹੀਂ ਪੈਂਦਾ ਹਰ ਸਾਲ। ਅਸੀਂ ਇਹ ਮੰਗ ਕਰਦੇ ਹਾਂ, ਸਾਨੂੰ ਚਾਹੇ ਭਾਵੇਂ ਤਨਖਾਹ ਲਾ ਦੇਣ, ਸਾਨੂੰ 5000 ਤਨਖਾਹ ਤਾਂ ਜ਼ਰੂਰੀ ਚਾਹੀਦੀ। ਹਾਂਜੀ, ਅਸੀਂ ਤਿਆਰ ਹਾਂ ਜੀ, ਸਾਰੀ ਕੁੜੀਆਂ ਅਸਤੀਫਾ ਦੇਣ ਨੂੰ। ਹਾਂਜੀ, ਜੇ ਸਾਨੂੰ ਵੀ ਸਾਨੂੰ ਇਨਸੈਂਟਿਵ, ਘਰ ਘਰ ਜਾ ਕੇ ਸਰਵੇ ਕਰਕੇ ਆਉਂਦੇ ਹਾਂ ਜੀ, ਫਿਰ ਵੀ ਸਾਨੂੰ 1 ਰੁਪਇਆ ਵੀ ਨੀ ਮਿਲਦਾ ਹੈਗਾ, ਲੋਕ ਮੰਨਦੇ ਵੀ ਨੀ ਹੈਗੇ, ਫਿਰ ਵੀ ਅਸੀਂ ਉਹਨੂੰ ਘਰੋਂ ਚੋਂ ਕੱਢ ਕੇ ਦਿੰਦੇ ਹਾਂ, ਡਰਾਈ ਡਰੇ ਮਨਾਉਂਦੇ ਹਾਂ ਜੀ ਅਸੀਂ ਆਪ ਦੇ ਦਾ, ਕੋਈ ਮਿਲਦਾ ਨੀ। ਕੂਦਰਾ ਸਾਫ਼ ਕਰਾਉਣੇ, ਘਰ ਘਰ ਜਾ ਕੇ ਸਫਾਈ ਬਾਰੇ ਦੱਸ ਦਿਆਂਗੇ। ਗਰਭਵਤੀ ਔਰਤਾਂ ਨੂੰ ਅਸੀਂ ਦੇਖਦੇ ਸੈਂਟਰ ਤੇ ਲੈ ਕੇ ਆਉਂਦੇ ਹਾਂ, ਆਂਗਨਵਾੜੀ ਸੈਂਟਰ ਤੇ ਲੈ ਕੇ, ਹੁਣ ਉਹਨਾਂ ਦੇ ਕਾਰਡ ਬਣਵਾਏ ਨੇ, ਆਂਗਨਵਾੜੀ ਵਾਲਿਆਂ ਦਾ ਵੀ ਅੱਧਾ ਕੰਮ ਅਸੀਂ ਕਰ ਰਹੇ ਹਾਂ ਜੀ। ਲੋਕ ਮੰਨਦੇ ਨੀ ਜੀ ਹੈਗੇ, ਬਹੁਤ ਪਰੇਸ਼ਾਨੀ ਆਉਂਦੀ ਅਸੀਂ ਜੀ, ਆਪਦੇ ਬੱਚੇ ਵੀ ਛੱਡ ਕੇ ਆਉਂਦੇ ਨੇ, ਸਵੇਰੇ ਅਸੀਂ ਰਿੱਚੀ ਪੱਕੀ ਦਾਲ ਅੱਧੀ ਛੱਡ ਕੇ ਆਉਂਦੇ ਹਾਂਗੇ, ਦੇਖਦੇ ਉਹਦੀ ਤੁਰਸ ਤੇ ਜਾਣਾ ਪੈਂਦਾ ਮਰੀਜ਼ ਨਾਲ, ਮਰੀਜ਼ ਕਦੇ ਕਹਿ ਦਿੰਦਾ ਕਿਹੜੇ ਹਸਪੀਟਲ ਚ ਜਾਣਾ, ਸਾਡੀ ਕਦੇ ਕੁੱਤੇ ਪਕਾਈ ਉਰੇ ਤੋਂ ਅਸੀਂ ਸਮਾਣੇ ਜਾਂਦੇ, ਸਮਾਨ ਤੋਂ ਫਿਰ ਸਾਨੂੰ ਰਜਿੰਦਰਾ ਰੈਫਰ ਕਰਿਆ ਜਾਂਦਾ। ਅਸੀਂ ਸਰ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਬਣਦੇ ਸਾਨੂੰ ਇਨਸੈਂਟਿਵ ਦਿੱਤੇ ਜਾਣ, ਨਾਲੇ ਸਾਡੀ ਤਨਖਾਹ ਲਾਈ ਜਾਵੇ ਜੀ। ਪਾਤਲਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।